ਹਾਂਜੀ ਜਨਾਬ, ਕੀ ਹਾਲ ਚਾਲ? ਤੁਹਾਡਾ ਸਵਾਗਤ ਆਪਣੇ ਯੂਟਿਊਬ ਚੈਨਲ 'ਤੇ। ਮੈਂ ਤੁਹਾਡਾ ਭਰਾ ਜੰਟ ਹਾਂ। ਅਤੇ ਕਈ ਭਰਾਵਾਂ ਦੇ ਮੈਨੂੰ ਕਮੈਂਟ ਆਉਂਦੇ ਸੀਗੇ ਵੀਰੇ, ਜਿਹੜੇ ਪਾਣੀ ਵਾਲੇ ਸੀਲ ਕੁੱਕੜ, ਉਹਨਾਂ ਦਾ ਰਿਵਿਊ ਕਰਾਓ ਵੀ ਪਾਣੀ ਵਾਲੇ ਕੁੱਕੜ ਜਿਹੜੇ ਸੀਲ ਉਹ ਕਿਹੋ ਜਿਹੇ ਹੁੰਦੇ ਆ ਅਤੇ ਕੀ ਬੋਡੀ ਸਟਰਕਚਰ ਆ, ਕਿਹੋ ਜਿਹੀ ਸ਼ੇਪ ਉਹਨਾਂ ਦੀ। ਅਤੇ ਹੁਣ ਤੁਹਾਨੂੰ ਮੈਂ ਪਹਿਲਾਂ ਇੱਕ ਪੁਰਾਣਾ ਕੁੱਕੜ ਦਿਖਾਉਣਾ, ਬ੍ਰਿਸ਼ਟ ਕੁੱਕੜਾਂ 'ਚੋਂ ਪਾਣੀ ਮਸਲਾ ਥਾੜ ਦੀ। ਹੁਣ ਥੋੜ੍ਹਾ ਜਿਹਾ ਤੰਗ ਤਰੀਕੇ ਨਾਲ ਜਗੜ ਕੇ ਜੇ ਫੜਨਾ ਪੈਣਾ, ਕਿਉਂਕਿ ਉੱਪਰ ਬੰਦਾ ਵੇਖ ਕੇ ਮਾਰਨ ਪੈ ਜਾਂਦਾ। ਪਹਿਲਾਂ ਵੀ ਇੱਕ ਦੋ ਵਾਰ ਮੈਂ ਫੜਿਆ, ਟਰਾਈ ਕੀਤਾ ਅਤੇ ਮਾਰਨ ਪੈ ਗਿਆ ਸੀਗਾ। ਹਾਂ, ਹੁਣ ਵੀ ਘੁੰਮ ਘੁੰਮ ਕੇ ਜਿਵੇਂ ਤਾਂ ਇਹਨੂੰ ਪਤਾ ਲੱਗਦਾ ਕਿ ਬੰਦਾ ਉੱਪਰ ਆ। ਨਾ ਨਾ ਨਾ, ਟਿਕ ਜਾ। ਆਪਦੇ ਮਾਲਕ ਪ੍ਰਤੀ ਤਾਂ ਪੂਰਾ ਵਫਾਦਾਰ ਆ, ਪਰ ਉੱਪਰ ਬੰਦੇ ਨੂੰ ਤਾਂ ਹੱਥ ਨਹੀਂ ਲਾਉਣ ਦਿੰਦਾ ਹੈ। ਤਾਂ ਥੋੜ੍ਹਾ ਜਿਹਾ ਇਹਨੂੰ ਢੰਗ ਜਿਹਾ ਨਾਲ ਫੜਿਆ, ਹੁਣ ਮਾਰਨ ਨੂੰ ਪੂਰਾ ਤਿਆਰ ਕਰਾਂ। ਤੁਹਾਨੂੰ ਇੱਕ ਵਾਰ ਤਾਂ ਮੈਂ ਰਿਵਿਊ ਦਿੰਦਾ ਅਤੇ ਬਾਲੀ ਦੀ ਵੀਡੀਓ ਨਹੀਂ ਬਣਾਉਂਦੇ ਗੇ ਇਹ ਮਾਰਦਾ ਆ। ਅਤੇ ਇਹ ਹੈਗਾ ਜੀ, ਜਿਹੜੇ ਪੁਰਾਣੇ ਕੁੱਕੜ ਬੜੇ ਮਸ਼ਹੂਰ ਹੋਏ ਸੀਗੇ ਥਾੜ ਅਤੇ ਬ੍ਰਿਸ਼ਟ, ਉਹ ਪੁਰਾਣੀ ਨਸਲ ਸੀਗੀ, ਪੁਰਾਣੀ ਬ੍ਰਿਸ਼ਟ ਬ੍ਰਿਸ਼ਟ ਕੁੱਕੜਾਂ ਬਹੁਤ ਮਸ਼ਹੂਰ ਹੋਏ ਸੀ ਆਪਣੇ ਥਾੜ 'ਚ। ਅਤੇ ਉਹਨਾਂ ਕੁੱਕੜਾਂ 'ਚੋਂ ਪੁਰਾਣੀ ਬਰੀਡ ਆ ਅਤੇ ਮਿੱਡੂ ਮਾਨ ਆਪਣੇ ਭਰਾ ਸੰਮੇ ਕੋਲ ਆ। ਅਤੇ ਇਹਦੀ ਇਸ ਟਾਈਮ ਜ਼ਿਆਦਾ ਨਹੀਂ, ਕੋਈ 8 ਸਾਲ ਉਮਰ ਹੋ ਗਈ ਹੈ ਜੀ ਬੁੱਢਾ ਕੁੱਕੜ ਕਹਿ ਸਕਦੇ, ਪੁਰਾਣਾ ਕੁੱਕੜ। ਅਤੇ ਇਸ ਟਾਈਮ ਬਰੀਡਰ ਆ ਅਤੇ ਬਾਕੀ ਕਾਦੇ ਦਾ ਦਰਮਿਆਨਾ ਆ। ਜਿਹੜੇ ਪਾਣੀ ਵਾਲੇ ਕੁੱਕੜ ਉੱਚੇ ਵੀ ਆ ਜਾਂਦੇ, ਦਰਮਿਆਨੇ ਵੀ ਆ ਜਾਂਦੇ ਆ। ਤੁਹਾਨੂੰ ਅੱਜ ਆਪਾਂ ਦੋਵੇਂ ਸੈਂਪਲ ਦਿਖਾ ਦਿੰਦੇ ਹਾਂ, ਆਹ ਦਾ ਦਰਮਿਆਨਾ ਆ ਜਿਹੜੇ ਪੁਰਾਣਿਆਂ 'ਚੋਂ ਆ, ਅਤੇ ਜਿਹੜੇ ਹੁਣ ਕਈ ਕਰੋਸ ਉੱਚੇ ਬਣਦੇ ਪਏ ਆ, ਤੁਹਾਨੂੰ ਉਹ ਵੀ ਇੱਕ ਦਿਖਾ ਦਿੰਦੇ ਆ। ਅਤੇ ਆਹ ਇੱਕ ਵਾਰ ਤੁਹਾਨੂੰ ਧਿਆਨ ਨਾਲ ਨੇੜੇ ਕਰਕੇ ਕੈਮਰਾ ਦਿਖਾਉਣਾ ਜੀ, ਸਮੇਂ ਨੇੜੇ ਚਿਹਰਾ ਦਿਖਾ ਦੇਗਾ। ਕੁੱਕੜ ਦਾ ਚਿਹਰਾ ਚੈੱਕ ਕਰੋ ਅਤੇ ਅੱਖ ਦੇਖੋ ਜੀ। ਇਹਨਾਂ ਦੇ ਤਾਜ ਪੁਰਾਣੇ ਕੁੱਕੜਾਂ ਦੇ ਇਹੋ ਜਿਹੇ ਹੁੰਦੇ ਸੀਗੇ। ਅਤੇ ਜਿਹੜਾ ਇਹਦਾ ਧੋਣ ਦਾ ਰੰਗ ਦੇਖੋ, ਐਂ ਆ ਬਈ ਦੰਦੀ ਨਾ ਵੜਦੇ ਕਿਤੇ, ਜਦੋਂ ਮਾੜਾ ਘਾਤਿਆ ਮਰੀਦਾ। ਧੋਣ ਦਾ ਰੰਗ ਦੇਖੋ ਅਤੇ ਜਾਲ ਜੂਲ ਦੇਖੋ, ਬਾਕੀ ਕਰੀਜ ਤੱਕ ਨੂੰ ਕਾਫੀ ਭਰ ਗਿਆ ਇਹ, ਖੰਭ ਖੁੰਭ ਸਾਰੇ ਵਧੀਆ ਬਣਾਈ ਬੈਠਾ। ਅਤੇ ਤੁਹਾਨੂੰ ਇੱਕ ਵਾਰ ਮਾੜਾ ਕੇ ਛੱਡ ਕੇ ਦਿਖਾਉਣਾ ਤੋਰ ਫਿਰ, ਇੱਕ ਵਾਰ ਲੱਤ ਦੇਖੋ, ਨਿੱਕੀਆਂ ਨਿੱਕੀਆਂ ਲੱਤਾਂ ਆ ਅਤੇ ਕੱਦ ਦਰਮਿਆਨਾ ਇਹਨਾਂ ਦਾ। ਜਿਹੜੇ ਪੁਰਾਣੇ ਕੁੱਕੜ ਸੀ ਜ਼ਿਆਦਾਤਰ ਦਰਮਿਆਨੇ ਕੱਦੇ ਸੀਗੇ, ਉੱਚੇ ਕੋਈ ਵਿਰਲੇ ਨਿਕਲਦੇ ਸੀਗੇ। ਅਤੇ ਇਹ ਜਨਾਬ ਪਾਣੀ ਵਾਲਾ ਪਿਓਰ ਥਾੜ ਦਾ ਕੁੱਕੜ, ਅਤੇ ਇਹ ਸੀਗਾ ਦਰਮਿਆਨਾ। ਹੁਣ ਤੁਹਾਨੂੰ ਇੱਕ ਉੱਚਾ ਕੁੱਕੜ ਦਿਖਾਉਣੇ ਥਾੜ ਦਾ ਪਾਣੀ ਵਾਲਾ। ਹੁਣ ਆ ਜਾਨਵਰ ਤੁਹਾਨੂੰ ਮਾੜਾ ਮੁੜ ਤੋਰਾ ਫਿਰਾ ਦਿਖਾ ਦਿੰਦੇ ਹਾਂ। ਵੈਸੇ ਤਾਂ ਗਲ ਪੈਣ ਨੂੰ ਹੀ ਆਉਂਦਾ, ਭਲਾਈ ਨਹੀਂ ਇਹਦੀ ਵੀਡੀਓ ਬਣਾ ਕੇ। ਚੱਲ ਗਿਆ ਉੱਧਰ। ਹਾਂਜੀ ਜਨਾਬ, ਆ ਹੈਗਾ ਜੀ ਥਾੜ ਦਾ ਫੁੱਲ ਉੱਚੇ ਕੱਦ ਦਾ ਕੁੱਕੜ, ਮੇਰਾ ਸਭ ਤੋਂ ਫੇਵਰੇਟ ਕੁੱਕੜ ਆ। ਇਹ ਜ਼ਿਆਦਾ ਨਹੀਂ ਗਾ, ਕੋਈ 6-7 ਮਹੀਨੇ ਤੱਕ ਸਿਆਲ 'ਚ ਆਪਣੇ ਘਰ ਰਹਿ ਗਿਆ ਆ। ਅਤੇ ਬਹੁਤ ਵਧੀਆ ਅਤੇ ਬੜਾ ਨਸਲੀ ਅਤੇ ਬੜਾ ਪੁਰਾਣਾ ਸੀਲ ਕੁੱਕੜ ਆ ਇਹ। ਕੱਦ ਕਾਠ ਚੈੱਕ ਕਰੋ ਕੁੱਕੜ ਦਾ, ਹੱਡ ਕੁੱਡ ਬਹੁਤ ਡਬਲ ਹੱਡ ਕੁੱਡ ਦਾ, ਲੱਤ ਕੁੱਕੜ ਦੀ ਗੰਨੇ ਵਰਗੀ ਆ ਅਤੇ ਵਧੀਆ ਥਾੜ ਦਾ ਜਮ੍ਹਾਂ ਪਿਓਰ ਕੁੱਕੜ ਅਤੇ ਬੜੀ ਵਧੀਆ ਬਰੀਡ ਆ ਇਹ, ਪੁਰਾਣੇ ਕੁੱਕੜਾਂ 'ਚੋਂ ਆ ਜਾਂਦਾ। ਅਤੇ ਜਮ੍ਹਾਂ ਪਿਓਰ ਕਾਲਾ ਰੰਗ ਹੈ ਇਹਦਾ, ਰੱਤਾ ਖੰਭ ਤੋਂ ਕੀ ਵਿਰਲਾ ਹੀ ਇਹਦੇ 'ਚ, ਜਿਵੇਂ ਆਪਾਂ ਪਿਓਰ ਕਾਲਾ ਜਿਵੇਂ ਮੁਸ਼ਕਲ ਰੰਗ ਕਹਿ ਦਿੰਦੇ ਨਾ, ਉਹ ਰੰਗ ਦਾ ਆ ਜਾਂਦਾ ਆ। ਅਤੇ ਬਾਕੀ ਇਹ ਵਧੀਆ ਟਿਕ ਕੇ ਖੜਿਆ ਹੋਇਆ, ਇਹਨੂੰ ਫੜਦੇ ਫੁੜਦੇ ਰਹਿੰਦੇ ਮਾੜਾ ਮੋਟਾ, ਅਤੇ ਇਹਨਾਂ ਉੱਪਰਾ ਵੀ ਨਹੀਂ ਕਰਦਾ ਗਾ। ਪਹਿਲਾਂ ਮੇਰੇ ਕੋਲ ਜਦੋਂ ਹੁੰਦਾ ਉੱਥੇ ਮਾਰਦਾ ਹੁੰਦਾ ਸੀਗਾ, ਹੁਣ ਨਹੀਂ ਇਹ ਮਾਰਦਾ, ਹੁਣ ਟਿਕ ਹੀ ਰਹਿੰਦਾ। ਉਹ ਤੈਨੂੰ ਜਿੰਨੇ ਛੱਡਣਾ ਉਹਦੀ ਮਗਰ ਪੈ ਜਾਂਦਾ ਸੀਗਾ। ਇਹ ਉਹੀ ਆ ਜਿਹੜਾ ਕੁੱਕੜ ਆਪਣੇ ਘਰ ਜਿਹਨੂੰ ਮੈਂ ਲੰਬੂ ਲੰਬੂ ਕਹਿੰਦਾ ਹੁੰਦਾ ਸੀਗਾ, ਉੱਚੇ ਕੱਦ ਕਰਕੇ। ਉਦੋਂ ਮਾਰਦਾ ਇਹ ਵੀ ਬਹੁਤ ਸੀਗਾ, ਹੁਣ ਨਹੀਂ ਮਾਰਦਾ ਹੈਗਾ, ਹੁਣ ਥੋੜ੍ਹਾ ਟਿਕਿਆ ਹੋਇਆ। ਹੁਣ ਇੱਕ ਐਂ ਨਾ ਉਹ ਨਾਲ ਵੱਡਾ ਕੁੱਕੜ ਰਹਿੰਦਾ, ਇਹ ਨਿਕਲਿਆ ਭਰਾ ਕੋਲ ਇਸ ਸੀ ਅਤੇ ਵੱਡੇ ਕੁੱਕੜ ਦੇ ਨਾਲ ਸ਼ੁਰੂ ਤੋਂ ਰਿਹਾ ਅਤੇ ਰਿਹਾ ਸੀ ਦਾਬੇ 'ਚ, ਅਤੇ ਤਾਂ ਕਰਕੇ ਉੱਥੇ ਦਾਬੇ 'ਚ ਕਰਕੇ ਇੱਥੇ ਟਿਕਿਆ ਚੱਕੜਿਆ ਅਤੇ ਸ਼ਰੀਫ ਜਿਹਾ ਬਣਿਆ ਖੜਿਆ। ਜੇ ਇਹਨੂੰ ਇਕੱਲਾ ਛੱਡ ਦੀ ਤਾਂ ਵੀ ਖਿਲਾਰੇ ਪਾ ਦਿੰਦਾ। ਹੁਣ ਤੁਹਾਨੂੰ ਇਹਦਾ ਨੇੜੇ ਚਿਹਰਾ ਦਿਖਾਉਣੀ ਹੈ ਜੀ, ਚਿਹਰਾ ਦਿਖਾ ਦਿੰਦਾ। ਆਹ ਚੈੱਕ ਕਰੋ ਜੀ ਕੁੱਕੜ ਦਾ ਨੇੜੇ ਚਿਹਰਾ, ਚੈੱਕ ਕਰੋ ਮੋਟੇ ਚਿਹਰੇ ਦਾ ਕੁੱਕੜ, ਅਤੇ ਤਾਜ ਤੂਜ ਆਖੂ ਵੀ ਚੈੱਕ ਕਰੋ। ਬਾਕੀ ਧੌਣ ਚੈੱਕ ਕਰੋ, ਜਿੰਨੀ ਧੌਣ ਲੰਮੀ ਹੈ ਅਤੇ ਉੰਨੀ ਨਿੱਗਰ ਵੀ ਹੈ। ਕਈ ਕਹਿੰਦੇ ਲੰਮੀ ਧੌਣ ਜਿਵੇਂ ਆਪਾਂ ਕਹਿੰਦੇ ਨਿੱਗਰ ਘੱਟ ਹੁੰਦੀ ਹੈ, ਪਰ ਇਹ ਨਿੱਗਰ ਵੀ ਆ, ਧੌਣ ਬਹੁਤ ਨਿੱਗਰ ਹੈ ਇਹਦੀ। ਅਤੇ ਬਾਕੀ ਪੱਲੇ ਚੈੱਕ ਕਰੋ, ਚੀਰਵੇਂ ਪੱਲਿਆਂ ਦਾ ਕੁੱਕੜ, ਕਲੀਅਰ ਕਰਕੇ ਘੱਟ ਪਤਾ ਲੱਗਦਾ ਉਂਝ ਚੀਰਦਾ ਪਿਆ ਪੱਲੇ ਵੀ। ਜਿਵੇਂ ਬਾਈ ਗੰਦੇ ਹੋਣੀ ਦੱਸਦੇ ਸੀ ਮਚਾਕੀ ਵਾਲੇ ਵੀ, ਜਿਹੜੇ ਕੁੱਕੜ ਪੱਲੇ ਚੀਰ ਜਾਂਦੇ ਆ ਨਾ, ਜਾਂ ਕੁੱਕੜੀ ਦੇ ਕੁੱਕੜ ਬਹੁਤ ਚੰਗੇ ਹੁੰਦੇ ਆ, ਅਤੇ ਉਹੀ ਹਿਸਾਬ ਹੈ ਵੀ ਪੱਲੇ ਚੀਰਦਾ।
ਬਾਕੀ ਤਾਂ ਮੈਂ ਤੁਹਾਨੂੰ ਵਿੱਤ ਦਿਖਾਉਣਾ, ਖੜਨ ਦਾ ਸਟਾਈਲ ਦੇਖੋ, ਕੁੱਕੜ ਦੀ ਬਣਤਰ ਬੜੀ ਸੋਹਣੀ ਆ। ਉਹ ਜਨਾਬ ਜਾਨਵਰ ਤੁਹਾਨੂੰ ਸ਼ੌਂਕ ਤਾਂ ਕਰਾ ਤਾ, ਅਤੇ ਇਹ ਵੀ ਜਨਾਬ ਹੈਗਾ ਪਾਣੀ ਵਾਲਾ ਕੁੱਕੜ, ਪਾਣੀ ਵਾਲੇ ਜਿਹਦੇ ਕੁੱਕੜ ਇਹੋ ਜਿਹੀ ਬਣਤਰ ਹੁੰਦੀ ਇਹਨਾਂ ਦੀ। ਇਹਨਾਂ ਦਾ ਕੱਦ ਦਰਮਿਆਨਾ ਵੀ ਆ ਜਾਂਦਾ, ਉੱਚਾ ਵੀ ਆ ਜਾਂਦਾ, ਕੋਈ ਵੱਡੀ ਗੱਲ ਨਹੀਂ। ਜਿਹੜੇ ਪੁਰਾਣੇ ਕੁੱਕੜ ਸੀ ਪਾਣੀ ਵਾਲੇ, ਉਹ ਜ਼ਿਆਦਾਤਰ ਦਰਮਿਆਨੇ ਹੀ ਸੀਗੇ ਅਤੇ ਉੱਚੇ ਵੀ ਨਿਕਲ ਜਾਂਦੇ ਸੀ, ਕੋਈ ਵੱਡੀ ਗੱਲ ਨਹੀਂ। ਪਰ ਕਈ ਭਰਾ ਸੋਚਦੇ ਆ ਵੀ ਜਿਹੜੇ ਪਾਣੀ ਵਾਲੇ ਕੁੱਕੜ ਬਾਹਲੇ ਹੱਡ ਗੋਡੇ ਦੇ ਜਾਂ ਉੱਚੇ ਕੱਦ ਦੇ ਹੁੰਦੇ, ਦਰਮਿਆਨੇ ਹੁੰਦੇ। ਪਾਣੀ ਵਾਲੇ ਕੁੱਕੜ ਦਰਮਿਆਨੇ ਵੀ ਸੀਗੇ, ਉੱਚੇ ਵੀ ਸੀਗੇ। ਅਤੇ ਪਰ ਪਾਣੀ ਵਾਲੇ ਕੁੱਕੜ, ਇੱਕ ਗੱਲ ਮੈਂ ਕਹਿੰਦਾ ਕਿ ਡਬਲ ਹੱਡ ਦੇ ਹੁੰਦੇ ਆ, ਸਿੰਗਲ ਹੱਡ ਦੇ ਬਹੁਤ ਘੱਟ ਹੁੰਦੇ ਆ। ਜਿਹੜੇ ਪਾਣੀ ਵਾਲੇ ਕੁੱਕੜ ਇਹੋ ਜਿਹਾ ਹੱਡ ਗੋਡਣ ਦਾ ਹੁੰਦਾ, ਧੋਣ ਵੀ ਨਿਗਰ ਹੁੰਦੀ ਆ, ਲੱਤਾਂ ਮੋਟੀਆਂ ਹੁੰਦੀਆਂ, ਪੱਟ ਚੰਗੇ ਤਕੜੇ ਹੁੰਦੇ ਆ, ਛਾਤੀ ਛੁੱਤੀ ਪੂਰੀ ਚੌੜੀ ਹੁੰਦੀ ਇਹਨਾਂ ਦੀ। ਅਤੇ ਬਾਕੀ ਵਜਨੀ ਕੁੱਕੜ ਹੁੰਦੇ ਆ, ਇਹਦਾ ਵੀ ਇਸ ਟਾਈਮ ਤੁਹਾਨੂੰ ਪਤਾ ਨਹੀਂ ਲੱਗਦਾ ਹੋਣਾ ਵੀਡੀਓ 'ਚ, ਵੈਸੇ ਤਾਂ 5-5.5 ਕਿਲੋ ਦੇ ਨੇੜੇ ਕੁੱਕੜ ਦਾ ਵਜਨ ਇਹਦਾ ਹੋਊਗਾ, ਕਿਉਂਕਿ ਕੱਦ ਇਹਦਾ ਵਾਹਵਾ ਉੱਚਾ ਆ। ਅਤੇ ਬਾਕੀ ਨਸਲ ਬੜੀ ਵਧੀਆ ਬਣੀ ਹੋਈ ਆ, ਅਤੇ ਇਹਦੇ ਗਾਂਹ ਜਾ ਕੇ ਬੱਚੇ ਵੀ ਬੜੇ ਵਧੀਆ ਬਣਨਗੇ ਅਤੇ ਬੜਾ ਵਧੀਆ ਰਿਜ਼ਲਟ ਦੇਊਗਾ। ਅਤੇ ਬਾਕੀ ਬੜਾ ਵਧੀਆ ਅਤੇ ਸੁਨੱਖਾ ਜਾਨਵਰ ਆ, ਇਹਦੀ ਵੀ ਉਮਰ ਜ਼ਿਆਦਾ ਨਹੀਂ, ਕੋਈ 4 ਸਾਲ ਤਾਂ ਹੋ ਗਈ ਆ, ਪਰ ਇਹ ਨਹੀਂ ਦੱਖ ਨਹੀਂ ਦਿੰਦਾ ਹਾਲੇ ਵੇਖਣ ਨੂੰ, ਨੋਰਮਲ ਜਿਹਾ ਲੱਗਦਾ, ਮਤਲਬ ਐਡਾ ਕਿ ਵੱਡੀ ਉਮਰ ਦਾ ਵਡੇਰਾ ਲੱਗਦਾ ਨਹੀਂ। ਅਤੇ ਵਧੀਆ ਜਾਨਵਰ ਇਹ ਵੀ। ਅਤੇ ਮੈਂ ਕਿਹਾ ਤੁਹਾਨੂੰ ਪਾਣੀ ਵਾਲੇ ਕੁੱਕੜਾਂ ਦਾ ਸ਼ੌਂਕ ਕਰਾਉਣੇ ਆ, ਇਹੋ ਜਿਹੇ ਕੁੱਕੜ ਅੱਜ ਦੇ ਟਾਈਮ 'ਚ ਬਹੁਤ ਘੱਟ ਬੰਦਿਆਂ ਕੋਲ ਆ। ਹੱਡ ਗੋਡਾ ਵੀ ਚੰਗਾ ਆ ਅਤੇ ਕੱਦ ਵੀ ਚਾਹੀਦੀ, ਅਤੇ ਜਦ ਤੱਕ ਜੇ ਕੱਦ ਚੱਕੇ ਕੁੱਕੜ ਲਿੱਸੇ ਰਹਿ ਜਾਂਦੇ ਆ ਅਤੇ ਹੱਡ ਉੱਡਣਾ ਨਹੀਂ ਬਣਾਉਂਦੇ, ਇਹਦਾ ਹੱਡ ਵੀ ਉਨਾ ਹੀ। ਬਾਕੀ ਉਂਝ ਵੀ ਸੁਰਖ ਲਾਲ ਪਿਆ ਅਤੇ ਕਲੀਰ ਭਰਦਾ ਅਤੇ ਮੋਰ ਵਾਂਗੂ ਜਮ੍ਹਾਂ ਬਣ ਜਾਣਾ, ਪੂੰਝਾ ਪਾਂਝਾ ਬਹੁਤ ਤਕੜਾ ਕੱਢਿਆ। ਤਾਂ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਦੇਖਿਓ, ਪਹਿਲਾਂ ਮੈਂ ਜਿਹੜੀਆਂ ਵੀਡੀਓ ਪਾਉਂਦਾ ਸੀ ਉਹਨਾਂ ਵੀਡੀਓ 'ਚ ਚੈੱਕ ਕਰਿਓ, ਉਦੋਂ ਆਪਣੇ ਕੁਰਸੀਆਂ ਸਿਆਲ 'ਚ ਉਦੋਂ ਕਲੀਰ ਪੂਰੀ ਭਰ ਗਿਆ ਸੀਗਾ, ਇਹ ਪੂੰਝਾ ਤਾਂ ਬਹੁਤ ਲੰਮਾ ਕਰ ਜਾਂਦਾ, ਮੋਰ ਵਾਂਗੂ ਬਣ ਜਾਂਦਾ ਜਮ੍ਹਾਂ ਹੀ। ਬਾਕੀ ਧੋਣ ਧੁੰਦਾ ਚਾਲ ਤਾਂ ਹੁਣ ਸਾਰਾ ਬਣਾਈ ਬੈਠਾ। ਹੁਣ ਤੁਹਾਨੂੰ ਲੰਬੂ ਦਾ ਮਾੜਾ ਮੋਟਾ ਤੋਰਾ ਫਿਰ ਦਿਖਾ ਦਿੰਦੇ ਹਾਂ ਜੀ। ਮਾਰਦਾ ਇਹ ਵੀ ਆ, ਜੇ ਵੀ ਮੈਂ ਤਾਂ ਕਿਹਾ ਸ਼ਰੀਫ ਬਣ ਗਿਆ ਤਾਂ ਸ਼ਰੀਫ ਅਜੇ ਕਿੱਥੇ ਆਈ, ਮਾਰਦਾ ਹਜੇ ਵੀ ਆ। ਹਾਂਜੀ ਜਨਾਬ, ਅੱਜ ਚੈੱਕ ਕਰੋ ਪਿਓਰ ਪਾਣੀ ਵਾਲੀ ਥਾੜ ਦੀ ਕੁੱਕੜੀ, ਜਿਹੜਾ ਬ੍ਰਿਸ਼ਟ ਕੁੱਕੜ ਸੀਗਾ ਉਹਨਾਂ 'ਚੋਂ, ਜਿਹੜਾ ਤੁਹਾਨੂੰ ਵੱਡਾ ਬ੍ਰਿਸ਼ਟ ਕੁੱਕੜ ਦਿਖਾਇਆ ਨਾ, ਉਹਨਾਂ ਕੁੱਕੜਾਂ 'ਚ ਕੁੱਕੜੀ ਇਹ ਪੁਰਾਣੇ ਬ੍ਰਿਸ਼ਟ ਕੁੱਕੜਾਂ 'ਚ। ਅਤੇ ਇਹਦੇ ਨੇੜੇ ਨੂੰ ਤੁਸੀਂ ਚਿਹਰਾ, ਇੱਕ ਵਾਰ ਕੁੜੀ ਦਾ ਚਿਹਰਾ ਦੇਖੋ ਅਤੇ ਅੱਖ ਦੇਖੋ, ਅਤੇ ਅੱਖ ਦੀ ਕੁਆਲਿਟੀ ਦੇਖੋ। ਜਿਵੇਂ ਪਾਕਿਸਤਾਨ 'ਚ ਆਪਾਂ ਵੇਖਦੇ ਨਾ, ਉਹਨਾਂ ਕਹਿੰਦੇ ਪਾਕਿਸਤਾਨੀ ਕੁੱਕੜਾ, ਪਾਕਿਸਤਾਨੀ ਕੁੱਕੜੀਆਂ, ਉਹਨਾਂ ਨਾਲ ਦੀ ਬਣਤਰ ਹੈ ਇਹਦੀ ਚਿਹਰਾ ਜੁੜਿਆ ਦਾ। ਜਿਵੇਂ ਕੱਦ ਜਮ੍ਹਾਂ ਦਰਮਿਆਨਾ ਜਾਂ ਧੋਣ ਲੰਮੀਆਂ ਲੱਤਾਂ ਨਿਕਲੀਆਂ, ਬੜੀ ਵਧੀਆ ਅਤੇ ਬੜੀ ਨਸਲੀ ਕੁੱਕੜੀ ਹੈ ਵੀ। ਕੱਦ ਜਮ੍ਹਾਂ ਦਰਮਿਆਨਾ ਜਾਂ ਹਿਸਾਬ ਜਿੱਦਾਂ, ਵੇਟ ਵੀ ਮਾਮੂਲੀ ਜਾਂ ਕੋਈ ਜ਼ਿਆਦਾ ਨਹੀਂ ਗਾ, ਨਿੱਕੇ ਜਿਹੇ ਵੇਟ ਦੀ ਮੁਰਗੀ ਆ। ਕਿੰਨੀ ਉਮਰ ਹੋ ਗਈ ਸਮੇਂ ਦੀ? ਇਹ ਹੋਊਗੀ 3.5 ਸਾਲ ਦੀ। 3.5 ਸਾਲਾਂ ਦੀ ਹੋ ਚੱਲੀ ਹੈ ਅਤੇ ਦੱਖ ਜੀ ਇਹ ਵੀ ਨਹੀਂ ਦਿੰਦੀ ਹਲੇ ਇਹਨੇ। ਅਤੇ ਹਾਂਜੀ ਬਈਆ, ਤੁਹਾਨੂੰ ਦਿਖਾਉਣਾ ਜਿਹੜਾ ਵੱਡਾ ਕੁੱਕੜ ਸੀ ਨਾ ਬ੍ਰਿਸ਼ਟ, ਉਹਦੇ ਬੱਚੇ ਦਿਖਾਉਣ ਲੱਗੇ। ਇਹ ਆ ਜਿਹੜਾ ਪਹਿਲਾਂ ਦੇਖੋ ਆਪਣਾ ਭਰਾ ਸੰਮਾ, ਇਹ ਜਾਨਵਰ ਸਾਰੇ ਇਹਦੇ ਕੁੜੀ ਆ ਭਰਾ ਕੋਲ, ਅਤੇ ਇਹਨੇ ਬਰੀਡ ਕਰਾਈ ਕਰੇ। ਆਹ ਹੁਣ ਬ੍ਰਿਸ਼ਟ ਕੁੱਕੜ ਤੁਹਾਨੂੰ ਬੱਚੇ ਦਿਖਾਉਣੇ ਆ ਜੀ। ਆਹ ਦੇਖੋ ਜੀ, ਇਹ ਹੈਗੇ ਆ ਤਕਰੀਬਨ 3-3.5 ਮਹੀਨਿਆਂ ਦੇ ਆ, ਅਤੇ ਬਾਕੀ ਕੁਆਲਿਟੀ ਦੇਖੋ ਅਤੇ ਰੰਗ ਦੇਖੋ, ਜਿਵੇਂ ਪੁਰਾਣੇ ਕੁੱਕੜਾਂ ਦਾ ਸੀ ਨਾ, ਕਾਲੇ ਚੀਨੇ ਜਿਹੇ ਬਣਦੇ ਹੁੰਦੇ, ਅਤੇ ਬਾਕੀ ਜ਼ਿਆਦਾਤਰ ਹੋ ਇਹਨਾਂ ਨੇ ਕਾਲੇ ਹੀ ਜਾਣਾ ਆ, ਕਿ ਸਮੇਂ ਬਦਲਦੇ ਰੰਗ ਨਹੀਂ ਇਹ, ਜਮ੍ਹਾਂ ਕਾਲੇ ਬਣ ਜੂਗੇ, ਚੀਨੇ ਰਹਿਣਗੇ ਠੀਕ ਆ। ਬੜੇ ਸੋਹਣੇ ਜਾਨਵਰ ਆ, ਜਿਹੜਾ ਵੱਡਾ ਕੁੱਕੜ ਬੁੱਢਾ ਤੁਹਾਨੂੰ ਦਿਖਾਇਆ ਨਾ ਬ੍ਰਿਸ਼ਟ,
18 ਸਾਲਾਂ ਵਾਲਾ, ਇਹ ਉਸ ਕੁੱਕੜ ਦੇ ਬੱਚੇ ਆ ਜੀ। ਨਿਕਲੇ ਤਾਂ 5 ਸੀ ਭਰਾ ਕੋਲੇ, ਪਰ ਮਰ ਮੁਰ ਗਏ ਵਿੱਚੋਂ ਅਤੇ 2 ਹੀ ਬਚੇ ਆ, 2 ਸਿਰੇ ਚੜ੍ਹੇ ਆ। ਖੁੱਲ੍ਹੇ ਤੁਰੇ ਫਿਰਦੇ ਰਹਿੰਦੇ, ਵਧੀਆ ਬਣ ਗਏ ਤਾਂ ਛੇਤੀ ਤਿਆਰ ਹੋ ਗਏ। ਅਤੇ ਆਹ ਤੁਹਾਨੂੰ ਮੈਂ ਕਿਹਾ ਜਿਹੜਾ ਵੱਡਾ ਕੁੱਕੜ ਆ ਬ੍ਰੈਸਟ, ਇੱਕ ਵਾਰ ਚੰਗੀ ਤਰ੍ਹਾਂ ਰਿਵਿਊ ਦੇ ਦਈਏ। ਰਿਵਿਊ ਤੁਹਾਨੂੰ ਇਹਦਾ ਪਹਿਲਾਂ ਮੈਂ ਵੀ ਕਰਾਇਆ ਅਤੇ ਪਰ ਮੇਰੇ ਕੋਲੋਂ ਉੱਪਰਾ ਕਰਦਾ ਸੀਗਾ, ਅਤੇ ਤਾਂ ਕਰਕੇ ਸਭ ਮੈਨੂੰ, ਮੈਂ ਕਿਹਾ ਭਰਾ ਨੂੰ ਮੈਂ ਕਿਹਾ ਇੱਕ ਵਾਰ ਚੱਕ ਕੇ ਤੂੰ ਦਿਖਾ ਕੁੱਕੜ, ਇਹ ਪੱਲਾ ਚੈੱਕ ਕਰੋ ਇਹ ਕੁੱਕੜ ਦਾ, ਅਤੇ ਬਾਕੀ ਚਿਹਰਾ ਵਿਖਾਉਣਾ ਤੁਹਾਨੂੰ ਇਹਦਾ ਮੈਂ। ਬਾਕੀ ਲੱਤਾਂ ਦੇਖੋ ਜੀ, ਨਿੱਕੀਆਂ ਲੱਤਾਂ, ਪੁਰਾਣੇ ਕੁੱਕੜਾਂ 'ਚ ਕੁੱਕੜ ਆ, ਅਤੇ ਵਾਹਵਾ ਟਾਈਮ ਦਾ ਹੀ ਆ ਭਰਾ ਦੇ ਕੋਲ। ਅਤੇ ਜਿਹੜੇ ਪਹਿਲਾਂ ਬ੍ਰੈਸਟ ਕੁੱਕੜ ਬੜੇ ਮਸ਼ਹੂਰ ਹੋਏ ਸੀ ਨਾ ਪਾਣੀ ਵਾਲੇ ਥਾੜ 'ਚ, ਉਹਨਾਂ ਕੁੱਕੜਾਂ 'ਚੋਂ ਨਸਲ ਆ, ਪੁਰਾਣੀ ਨਸਲ ਆ। ਹੁਣ ਇਹਦੇ ਗਾਂਹ 'ਚ ਆ ਕੇ ਬੱਚੇ ਬੁੱਚੇ ਭਰਾ ਕੋ ਤਿਆਰ ਹੋ ਜੂਗੇ। ਕੁੱਕੜ ਦੀ ਪੱਠੀ ਹੋਈ।